तो फिर वह जल्द मैं थोड़ा मैं थले नू आया तो फिर वह घूम मतलब खड़ा हो गए उदो तक गड्डी दी चीज़ें सही थी ठीक सी ये तो उस तो बाद इतने मैं आके खड़ी की गड्डी ना सवेरे ड्यूटी तो आया सगा तो गड्डी इतने खड़ी सी तो गड्डी मेरी बेच 70,000 रुपया पिया सगा मैं थोड़ा जहा कि अज बैंक च गया सगा अपने सरकारी कैश कढ़ाउण तो शायद उहदे पिछों लागे बंदे तो उन्होंने मेरे गड्डी का शीशा तोड़ के तो इतों पेमेंट कढ ली हैगी जी एक कार खड़ी है जी मुंडे बलजीत सिंह नाम उहदा ये तो इधरों आया तो इन्हें देखा शीशा मेरा टुटा पिया सगा इन्हें देखा कहना मेरे अंदर पैसे पे सके 70,000 रुपया तो वह शीशा तोड़ के कट के लै गया ਲੰਬਾ ਜਿਹਾ ਉਹਨੇ ਇੱਥੇ ਜਲੇ ਰੁਮਾਲ ਬੰਨਿਆ ਪਿਆ ਸੀ ਸਰ ਹੁਣੀ ਗੱਡੀ ਖੜੀ ਕੀਤੀ ਹੈ ਇਹਨਾਂ ਨੇ ਸਬਕ 3 ਵਜੇ ਅਤੇ ਉਹਦੇ ਮੁੰਡਾ ਇੱਥੇ ਖੜਾ ਸੀ ਉਹ ਪਤਲਾ ਜਿਹਾ ਲੰਬਾ ਜਿਹਾ ਉਹਨੇ ਰੁਮਾਲ ਬੰਨਿਆ ਪਿਆ ਸੀ ਹੱਥ ਨੂੰ ਸਰ ਦੱਸ ਦੇ ਅਤੇ ਔਰ ਸ਼ੀਸ਼ਾ ਪੱਟਣ ਦੀ ਪਹਿਲਾਂ ਕੋਸ਼ਿਸ਼ ਕੀਤੀ ਉੱਧਰੋਂ ਨਹੀਂ ਪੱਟ ਹੋਇਆ ਤਾਂ ਉਹਨਾਂ ਨੇ ਤੋੜ ਕੇ ਕਿਹੜੀ ਗੱਡੀ ਹੈ ਇਹ ਬੋਕਸ ਵੈਗਨ ਗੱਡੀ ਹੈ ਜੀ ਔਰ ਕਿੰਨੇ ਪੈਸੇ ਸੀ 70,000 ਰੁਪਇਆ ਸੀਗਾ ਸਰ ਕੀ ਲੱਗਦਾ ਹੁਸ਼ਿਆਰਪੁਰ ਤੋਂ ਚੋਰੀ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਸਿਵਲ ਹਸਪਤਾਲ ਵਿੱਚ ਇੱਕ ਗੱਡੀ ਦਾ ਸ਼ੀਸ਼ਾ ਤੋੜ ਕੇ ਨੌਜਵਾਨ 70,000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਜਾਣਕਾਰੀ ਦਿੰਦਿਆਂ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿੱਚ ਕੰਮ ਕਰਦਾ ਹੈ ਅਤੇ ਉਸਦੀ ਗੱਡੀ ਵਿੱਚ 70,000 ਰੁਪਏ ਦੀ ਨਕਦੀ ਪਈ ਸੀ ਅਤੇ ਉਹ ਸਰਕਾਰੀ ਕੰਮ ਕਰਨ ਲਈ ਬੈਂਕ ਗਿਆ ਸੀ ਅਤੇ ਜਦੋਂ ਬੈਂਕ ਤੋਂ ਵਾਪਸ ਆਇਆ ਤਾਂ ਉਸਦੇ ਪਿੱਛੇ ਕੁਝ ਨੌਜਵਾਨ ਲੱਗ ਗਏ ਅਤੇ ਪੀੜਿਤ ਨੇ ਕਿਹਾ ਕਿ ਉਹਨਾਂ ਨੌਜਵਾਨਾਂ ਨੇ ਹੀ ਉਸ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਨਕਦੀ ਚੋਰੀ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਬਲਜੀਤ ਸਿੰਘ ਕੀ ਘਟਨਾ ਹੋਈ ਭਾਜੀ ਮੇਰੀ ਨਾ ਇੱਥੇ ਸਵੇਰੇ ਡਿਊਟੀ 'ਤੇ ਆਇਆ ਸੀਗਾ ਅਤੇ ਗੱਡੀ ਇੱਥੇ ਖੜੀ ਸੀਗੀ ਅਤੇ ਗੱਡੀ ਮੇਰੀ ਵਿੱਚ 70,000 ਰੁਪਇਆ ਪਿਆ ਸੀਗਾ ਅਤੇ ਮੈਨੂੰ ਨਹੀਂ ਪਤਾ ਮੈਂ ਥੋੜ੍ਹਾ ਜਿਹਾ ਕਿਤੇ ਅੱਜ ਬੈਂਕ 'ਚ ਗਿਆ ਸੀਗਾ ਆਪਣੇ ਸਰਕਾਰੀ ਕੈਸ਼ ਕਢਾਉਣ तो शायद वो पिछों लागे बंदे तो उन्होंने मेरे गड्डी का शीशा तोड़ के तो इतों पेमेंट कढ ली हैगी जी ठीक है जी तो और शीशा पट्टण की पहला कोशिश की उधरों नहीं पट होया उन्होंने तोड़ के ये बॉक्स वैगन गड्डी है जी और की लगता कितने पैसे सी 70,000 रुपया सर की लगता सर कितना घटना हुई कुछ पता ले ला सीसीटीवी कैमरे से हजे तो पता नहीं लगा जी हजे मतलब हुणे ही 1.5 घंटे की ਵਿੱਚ ਮੈਨੂੰ ਜਿਸ ਤੱਕ ਅੰਦਾਜ਼ਾ ਕਿਉਂਕਿ ਦੁਰਘਟਨਾ ਵੀ ਕਿਉਂਕਿ ਸਰ ਕਹਿ ਰਹੇ ਸੀ ਵੀ ਜਿਲ੍ਹੇ ਮੈਂ ਆਇਆ ਨਾ ਤਾਂ ਉਸ ਟਾਈਮ ਇੱਥੇ ਕੋਈ ਪਰਸਨ ਖੜਾ ਸੀਗਾ ਮੁੰਡਾ ਖੜਾ ਸੀਗਾ ਅਤੇ ਮੈਂ ਸਿਵਲ ਹਸਪਤਾਲ 'ਚ ਗਿਆ ਸੀਗਾ ਸਿਵਲ ਹਸਪਤਾਲ ਦੇ ਵਿੱਚ ਮੇਰੇ ਗੱਡੀ ਦੇ ਆਲੇ ਦੁਆਲੇ ਬੰਦਾ ਘੁੰਮ ਰਿਹਾ ਸੀਗਾ ਵੀ ਸ਼ਾਇਦ ਆ ਵੀ ਉਹਨੇ ਨਾ ਇਹ ਕਿੱਥੇ ਕੰਮ ਕਰਦੇ ਸਰ ਨਾ ਇੱਥੇ ਹੀ ਸਿਵਲ ਓਫਿਸ ਹਾਂਜੀ ਸਰ ਕੀ ਘਟਨਾ ਹੋਈ ਸਰ ਇਹ ਕਾਰ ਖੜੀ ਹੈ ਜੀ ਮੁੰਡੇ ਬਲਜੀਤ ਸਿੰਘ ਨਾਂ ਉਹਦਾ ਇਹ ਤੋਂ ਇੱਧਰੋਂ ਆਇਆ ਤਾਂ ਇਹਨੇ ਦੇਖਿਆ ਸ਼ੀਸ਼ਾ ਮੇਰਾ ਟੁੱਟਾ ਪਿਆ ਸੀਗਾ ਤਾਂ ਇਹਨੇ ਦੇਖਿਆ ਕਹਿੰਦਾ ਮੇਰੇ ਅੰਦਰ ਪੈਸੇ ਪਏ ਸੀਗੇ 70,000 ਰੁਪਇਆ ਅਤੇ ਉਹ ਸ਼ੀਸ਼ਾ ਤੋੜ ਕੇ ਕੱਢ ਕੇ ਲੈ ਗਿਆ ਇਹਦੀ ਇਨਕੁਆਇਰੀ ਕਰਦੇ ਹਾਂ ਜੀ ਹੁਣ ਸਰ ਕਿੱਥੇ ਜੋਬ ਕਰਦੇ ਸੀਗੇ ਇਹ ਇੱਥੇ ਹੋਸਪਿਟਲ ਹੀ ਕਰ ਰਹੇ ਸਿਵਲ ਸਰਜਨ ਆਫਿਸ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਫੀਸ ਕਮ ਹੋਣ ਤੋਂ ਬਾਅਦ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਬਲੈਕ ਮੈਜਿਕ ਨਾਲ 33 ਮਿੰਟਾਂ ਵਿੱਚ ਮਨਚਾਹਿਆ ਵਸ਼ੀਕਰਨ ਲਵ ਮੈਰਿਜ ਸੋਤਨ ਤੋਂ ਛੁਟਕਾਰਾ ਮਾਨਸਿਕ ਪ੍ਰੇਮੀ ਨੌਕਰੀ ਕਾਰੋਬਾਰ ਪੀਆਰ ਰੁਕਾਵਟ ਲਾਟਰੀ ਖੋਇਆ ਪਿਆਰ ਵਾਪਸ ਪਾਓ ਮਨਚਾਹੇ ਪਿਆਰ ਲਈ ਆਪਣੇ ਮਾਤਾ ਪਿਤਾ ਨੂੰ ਮਨਾਉਣਾ ਨਸ਼ੇ ਦੀ ਲੱਤ ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ ਏ ਟੂ ਜ਼ੈਡ ਸਾਰੀ ਮੁਸੀਬਤਾਂ ਦਾ ਹੱਲ ਘਰ ਬੈਠੇ ਲਓ ਲੱਖਾਂ ਲੋਕਾਂ ਨੇ ਲਾਭ ਉਠਾਇਆ ਹੁਣ ਤੁਸੀਂ ਵੀ ਇੱਕ ਵਾਰ ਜ਼ਰੂਰ ਫੋਨ ਕਰੋ 100% ਗਾਰੰਟੀ ਨਾਲ ਹਰ ਸਮੱਸਿਆ ਦਾ ਹੱਲ ਬਾਬਾ ਚੰਦਨਪ੍ਰੀਤ ਜੀ ਕੋਲ ਮੋਬਾਈਲ ਨੰਬਰ 9876906396 9815836696